ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਕਰਨ ਲੱਗਿਆ ਪਦਮ ਸ਼੍ਰੀ ਭਾਈ ਸਾਹਿਬ ਗਿਆਨੀ ਨਿਰਮਲ ਸਿੰਘ ਜੀ ਖਾਲਸਾ ਬਾਰੇ, ਜਿਨ੍ਹਾਂ ਨੂੰ ਕਿ ਕੁਛ ਅਫਵਾਹਾਂ ਚੱਲੀਆਂ ਵੀ ਇਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ, ਪਰ ਉਹ ਅਫਵਾਹ ਸੀ। ਮੈਂ ਅੱਜ ਟ੍ਰਿਬਿਊਨ ਅਖਬਾਰ ਪੜ੍ਹਿਆ, ਉਹਦੇ ਵਿੱਚ ਉਹਨਾਂ ਦੀ ਮੌਤ ਦਾ ਕਾਰਨ ਸੀ ਜਿਹੜਾ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਬੜੀ ਮਾੜੀ ਗੱਲ ਆ। ਅਸੀਂ ਇੱਕ ਉਸ ਵਿਅਕਤੀ ਨੂੰ ਇੱਕ ਗਜ਼ ਜਗ੍ਹਾ ਮਸਾਂ ਨਸੀਬ ਹੋਈ, ਜਿਹਦੇ ਕਿ ਲੋਕ ਜਿਉਂਦੇ ਜੀ ਦੇ ਚਰਨਾਂ ਦੇ ਵਿੱਚ ਡਿੱਗਦੇ ਹੋਣੇ, ਸੋਚਦੇ ਹੋਣੇ ਵੀ ਗਿਆਨੀ ਜੀ ਤੁਸੀਂ ਚਰਨ ਜੇ ਕਿਤੇ ਸਾਡੇ ਘਰ ਪਏ ਹੋ ਤਾਂ ਬਹੁਤ ਵਧੀਆ ਹੋਊਗਾ, ਅਤੇ ਅਸੀਂ ਸਾਡਾ ਘਰ ਸਵਰਗ ਬਣ ਜੂਗਾ। ਉਸ ਸਵਰਗ ਘਰ ਬਣਾਉਣ ਵਾਲੇ ਦੀ ਰੂਹ ਸਵਰਗੀ ਨਹੀਂ ਹੋਊਗੀ, ਅਤੇ ਉਸ ਨੂੰ ਜਿੱਥੇ ਉਹਦਾ ਬੇਰਕਾ ਦੇ ਵਿੱਚ ਸ਼ਮਸ਼ਾਨ ਘਾਟ ਨੂੰ ਜਿੰਦਰੇ ਲਾ ਦਿੱਤੇ ਗਏ। ਬਹੁਤ ਮਾੜੀ ਗੱਲ ਹੋਈ ਆ ਇਹ, ਕਿ ਉਹਨਾਂ ਦਾ ਹੱਕ ਨਹੀਂ ਸੀ, ਜਦੋਂ ਕਿ ਉਹ ਗਿਆਨੀ ਜੀ ਕਿਤੇ ਕੀਰਤਨ ਕਰ ਜਾਂਦੇ ਹੋਣਗੇ ਜਾਂ ਮਿਲਦੇ ਹੋਣਗੇ, ਉੱਥੇ ਦੇ ਲੋਕ ਨਗਰ ਦੇ ਕਹਿੰਦੇ ਹੋਣਗੇ ਅਸੀਂ ਸਾਡੇ ਅਸੀਂ ਤੁਹਾਡੇ ਨਗਰ ਦੇ ਹਾਂ, ਅਸੀਂ ਤੁਹਾਡੇ ਪਿੰਡ ਦੇ ਹਾਂ, ਅਸੀਂ ਤੁਹਾਡੇ ਇਲਾਕੇ ਦੇ ਹਾਂ, ਗਿਆਨੀ ਜੀ ਕਿੰਨੇ ਖੁਸ਼ ਹੋ ਕੇ ਮਿਲਦੇ ਹੋਣਗੇ। ਦੂਜੀ ਗੱਲ, 1-5-7 ਕਲਾਸਾਂ ਪਾਸ ਆਦਮੀ ਜੋ ਵੀ ਮਨੁੱਖ ਕਹਿ ਲਓ, ਅਤੇ ਉਸ ਦੀਆਂ 5-7 ਕਲਾਸਾਂ ਪਾਸ ਵਾਲੇ ਦੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਯੂਨੀਵਰਸਿਟੀਆਂ ਦੇ ਵਿੱਚ ਰੱਖੀਆਂ ਜਾਣ, ਅਤੇ ਉਹਨਾਂ 'ਤੇ ਬੱਚੇ 26-28 ਬੱਚੇ ਨੇ ਜਿਹੜੇ PhD ਕਰ ਜਾਣੇ, ਇਹ ਬਹੁਤ ਵੱਡੀ ਮਾਣ ਵਾਲੀ ਗੱਲ ਆ। ਚੰਗੇ ਚੰਗੇ ਪ੍ਰੋਫੈਸਰ ਸਾਹਿਬਾਨਾਂ ਦੀਆਂ ਕਲਾਸਾਂ ਨੇ ਜਿਹੜੀਆਂ ਉੱਥੇ ਨਹੀਂ ਲੱਗੀਆਂ ਉੱਥੇ PhD ਲਈ, ਪਰ ਉਹ ਇੱਕ ਬਹੁਤ ਵੱਡੇ ਵਿਦਵਾਨ ਸੀ, ਇਸ ਕਰਕੇ ਉਹ 5-7 ਜਿਹੜੀਆਂ ਕਲਾਸਾਂ ਪੜ੍ਹੀਆਂ ਵੀ ਸੀ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਉੱਥੇ ਲੱਗੀਆਂ ਨੇ। ਕਿਉਂਕਿ ਵਿਦਵਾਨ ਦਾ ਠੀਕ ਹੈ ਜ਼ਰੂਰ ਪੜ੍ਹਾਈ ਦੇ ਨਾਲ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਹੋ ਸਕਦਾ, ਪੜ੍ਹਾਈ ਆਪਦੀ ਜਗ੍ਹਾ, ਵਿਦਵਾਨੀ ਆਪਦੀ ਜਗ੍ਹਾ, ਪਰ ਉਹਨਾਂ ਨੇ ਕਿੰਨੇ ਕੁ ਗ੍ਰੰਥ ਪੜ੍ਹੇ ਹੋਣਗੇ ਉਹ ਵੀ ਦੇਖੋ ਆਪਾਂ। ਅਤੇ ਉਹ ਬੜੀ ਵੱਡੀ ਆਤਮਾ ਸੀਗੀ, ਜਦੋਂ ਉਹਨਾਂ ਦਾ ਸਰੀਰ ਹੋਇਆ ਉਹਨਾਂ ਨੂੰ ਸਿਰਫ 4 ਮੋਢੇ ਵੀ ਨਸੀਬ ਨਹੀਂ ਹੋਏ, 3 ਬੰਦਿਆਂ ਨੇ ਉਹਨਾਂ ਦਾ ਸੰਸਕਾਰ ਕਰਨ ਲਈ ਲੈ ਕੇ ਜਾਇਆ ਗਿਆ। ਇਸ ਚੀਜ਼ ਨੂੰ ਮੈਂ ਇਹ ਨਹੀਂ ਕਹਿੰਦਾ, ਪ੍ਰਸ਼ਾਸਨ ਆਪਦੀ ਜਗ੍ਹਾ ਪਾਬੰਦੀਆਂ ਦੇ ਵਿੱਚ ਬੰਨ੍ਹਿਆ ਹੋਇਆ, ਉਹਨਾਂ ਦੀ ਆਪਦੀ ਜਗ੍ਹਾ, ਪਰ ਕੁਛ ਲੋਕਾਂ ਨੂੰ ਇਸ ਚੀਜ਼ ਤੋਂ ਉਹਨਾਂ ਨੂੰ ਆਪਦੇ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਜਗ੍ਹਾ ਦੇਣੀ ਬਣਦੀ ਸੀ, ਕਿਉਂਕਿ ਉਸ ਨਗਰ ਜਾਂ ਇਲਾਕੇ ਦੇ ਸੀਗੇ ਲੋਕਾਂ ਨੇ। ਤੁਸੀਂ ਇੱਕ ਵੀਡੀਓ ਦੇਖੀ ਹੋਣੀ, ਇੱਕ ਬੰਦੇ ਕੋਲ 4 ਕਿੱਲੇ ਨੇ, ਉਹਨੇ 1 ਕਿੱਲਾ 1 ਕਰੋੜ ਰੁਪਏ ਦਾ ਜਿਹੜਾ ਬਠਿੰਡੇ ਦੇ ਵਿੱਚ ਉਹਨੇ ਆਪਦਾ 1 ਕਿੱਲਾ ਦਾਨ ਕਰਤਾ, ਕਹਿੰਦਾ DC ਨੂੰ ਕਹਿਤਾ ਵੀ ਤੁਸੀਂ ਇੱਥੇ ਹਸਪਤਾਲ ਬਣਾਓ। ਸਿੱਖ ਕੌਮ ਤਾਂ ਇਹੋ ਜਿਹੀ ਕੌਮ ਆ ਸਾਡੀ, ਸਿੱਖ ਕੌਮ ਤਾਂ ਉਹ ਆ ਜਦੋਂ ਕਿਤੇ ਇੱਧਰ ਮਾਝੇ ਦੇ ਵਿੱਚ ਇੱਕ ਲੜਾਈ ਹੋਈ ਆ, ਉਹ ਜਦੋਂ ਉੱਥੇ ਲੰਗਰ ਬਣਦਾ ਸੀ ਤਾਂ ਉੱਥੇ ਨਗਾਰਾ ਵਜਾਇਆ ਜਾਂਦਾ ਸੀ ਵੀ ਅੱਜ ਕੋਈ ਲੰਗਰ ਤੋਂ ਭੁੱਖਾ ਨਾ ਰਹਿ ਜੇ, ਕਿਸੇ ਨੂੰ ਇਹ ਨਾ ਕਹੇ ਕੋਈ ਆ ਕੇ ਵੀ ਮੈਨੂੰ ਲੰਗਰ ਮਿਲਿਆ ਨਹੀਂ। ਜੋ ਵੀ ਚੀਜ਼ ਵਰਤਦੀ ਸੀ ਉੱਥੇ ਮੁਗਲ ਆ ਕੇ ਵੀ ਉਹ ਲੰਗਰ ਜਿਹੜਾ ਛਕਦੇ ਰਹੇ ਨੇ, ਅਤੇ ਮੁਗਲ ਵੀ ਵਾਹ ਵਾਹ ਕਰਦੇ ਰਹੇ ਨੇ ਵੀ ਸਿੱਖ ਕੌਮ ਕੈਸੀ ਕੌਮ ਆ, ਨਾਲੇ ਸਾਡੇ ਨਾਲ ਲੜ ਰਹੀ ਹੈ ਅਤੇ ਨਾਲੇ ਸਾਨੂੰ ਲੰਗਰ 'ਚੋਂ ਨਹੀਂ ਰੋਕ ਰਹੀ। ਉਹ ਕਹਿੰਦੇ ਜਦੋਂ ਸਾਡੀ ਲੜਾਈ ਹੋਊਗੀ ਅਸੀਂ ਤੁਹਾਡੇ ਨਾਲ ਲੜਾਂਗੇ, ਮੁਗਲਾਂ ਨੂੰ ਕਿਹਾ ਸਿੱਖਾਂ ਨੇ, ਅਤੇ ਜਦੋਂ ਲੰਗਰ ਦਾ ਟਾਈਮ ਆ ਉੱਥੇ ਤੁਸੀਂ ਇੱਕ ਮਨੁੱਖ ਹੋ, ਤੁਸੀਂ ਇੱਕ ਇਨਸਾਨ ਹੋ, ਸਾਨੂੰ ਇੱਕ ਇਨਸਾਨ ਬਣਨ ਦੀ ਲੋੜ ਆ। ਜਿਹੜੀ ਇਹ ਚੀਜ਼ ਆ ਕੱਲ੍ਹ ਨੂੰ ਇਹਦੇ ਕਿੰਤੂ ਪ੍ਰੰਤੂ ਹੋਵੇ, ਇਹ ਦੁੱਖਨਿਵਾਰਨ ਸਾਹਿਬ ਭਾਈ ਬਿਰਤਪਾਲ ਸਿੰਘ ਜੀ ਨੇ ਕਥਾ ਦੇ ਵਿੱਚ ਸੁਣਾਈ ਸੀ, ਤੁਸੀਂ ਸੁਣ ਵੀ ਸਕਦੇ ਹੋ। ਇਹ ਇਤਿਹਾਸਕ ਚੀਜ਼ਾਂ ਨੇ ਜਿਹੜੀਆਂ ਮੈਂ ਗੱਲ ਕਰੀਆਂ ਨੇ, ਪਰ ਇਹ ਬੜੀ ਮਾੜੀ ਗੱਲ ਆ ਵੀ ਜਿਹੜੀ ਤੁਸੀਂ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ। ਕਹਿੰਦੇ ਰਾਜ ਕਰੇਗਾ ਖਾਲਸਾ, ਰਾਜ ਖਾਲਸਾ ਕਰ ਰਿਹਾ ਕੌਣ ਕਰ ਰਿਹਾ? ਖਾਲਸਾ ਏਡ, ਖਾਲਸਾ ਏਡ ਕਿੰਨੇ ਮੁਲਕਾਂ ਦੇ ਵਿੱਚ ਆ? ਅਮੈਰੀਕਾ 'ਚ ਕਿਹਾ ਗਿਆ ਵੀ ਹਾਂ ਸਿੱਖਾਂ ਨੂੰ ਲੰਗਰ ਬਣਾਓ, ਉਹ ਲੰਗਰ ਬਣਾ ਕੇ ਪਹੁੰਚਾ ਰਹੇ ਨੇ, ਸੀਰੀਆ ਤੱਕ ਲੰਗਰ ਗਿਆ, ਵਰਦੀਆਂ ਗੋਲੀਆਂ ਦੇ ਵਿੱਚ ਸਿੱਖ ਲੰਗਰ ਲਾ ਕੇ ਜਾ ਰਹੇ ਨੇ, ਜਗ੍ਹਾ ਜਗ੍ਹਾ ਸਿੱਖ ਜਾ ਰਹੇ ਨੇ, ਉੱਥੇ ਕੀ ਸ਼ਬਦ ਆਉਂਦਾ ਲੋਕਾਂ ਦੇ ਦਿਲਾਂ ਦੇ ਵਿੱਚ? ਖਾਲਸਾ, ਲੋਕਾਂ ਦੇ ਖਾਲਸਾ ਇੱਥਾ, ਸਿੱਖ ਐਸਾ, ਉਹ ਵਾਕਈ ਰਾਜ ਕਰ ਰਿਹਾ ਖਾਲਸਾ। ਮੈਂ ਤਾਂ ਇਸ ਚੀਜ਼ ਦਾ, ਜਦੋਂ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਰਾਜ ਕਰਦੇ ਹੋ ਉਹੀ ਰਾਜ ਹੁੰਦਾ, ਦੂਜਾ ਰਾਜ ਨਹੀਂ ਹੁੰਦਾ। ਸੋਟੀ ਡਾਂਗ ਨਾਲ ਡਰਾ ਕੇ ਰਾਜ ਕਰਨ ਨਾਲ ਰਾਜ ਨਹੀਂ ਹੁੰਦਾ, ਅਸਲੀ ਰਾਜ ਉਹੀ ਹੁੰਦਾ ਜਦੋਂ ਕੋਈ ਤੁਹਾਨੂੰ ਦਿਲੋਂ ਨਮਸਕਾਰ ਕਰੇ। ਇਸ ਕਰਕੇ ਸੋ ਇਹ ਬੜੀ ਮਾੜੀ ਘਟਨਾ ਹੋਈ ਆ, ਇੱਦਾਂ ਦੀਆਂ ਘਟਨਾ ਅੱਗੇ ਨੂੰ ਨਾ ਵਾਪਰਨ, ਇਹਨਾਂ ਦਾ ਖਿਆਲ ਰੱਖਿਆ ਜਾਵੇ। ਇੰਨੇ ਹੀ ਬੇਨਤੀਆਂ ਕਰਦਾ ਹੋਇਆ ਸਿਮਾ ਦਾ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।